ਤੁਹਾਨੂੰ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਡਾ YouTube ਚੈਨਲ ਯੂਨੀਵਰਸਲ ਸਮਾਰਟ ਐਜੂਕੇਸ਼ਨ ਉੱਪਰ ਜਿਸ ਤਰ੍ਹਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ ਕਰ ਕਰ ਰੋਜ਼ਗਾਰ ਡਾਇਰੈਕਟਰ ਸਿੱਖਿਆ ਪ੍ਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਹੁਣੇ-ਹੁਣੇ ਇੱਕ ਅਫੀਸ਼ੀਅਲ ਨੋਟਿਸ ਆਊਟ ਕੀਤਾ ਗਿਆ ਜੀ ਤਰੀਕ ਤੁਸੀਂ ਦੇਖ ਸਕਦੇ ਹੋ 9 11 2021 ਹੁਣੇ-ਹੁਣੇ ਅਫੀਸ਼ੀਅਲ ਵੈਬਸਾਈਟ ਤੇ ਇਹ ਨੋਟਿਸ ਆਊਟ ਹੋਇਆ ਜੀ ਦੇਖਦੇ ਹਾਂ ਜੀ ਕੀ ਲਿਖਿਆ ਇਸ ਨੋਟਿਸ ਵਿੱਚ ਪਬਲਿਕ ਨੋਟਿਸ ਸਿੱਖਿਆ ਪ੍ਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਿਤੀ 30 ਸਤ 2021 ਨੂੰ 6635 ATT ਕਾਡਰ ਅਤੇ 12/8/2021 ਨੂੰ ਜੇਲ੍ਹ ਵਿਭਾਗ ਵਿੱਚ ATT ਕਾਡਰ ਦੀਆਂ 22 ਅਸਾਮੀਆਂ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ। ਇਸ ਸੰਬੰਧੀ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਵਿਭਾਗ ਨੂੰ ਉਹਨਾਂ ਦੁਆਰਾ ਅਪਲਾਈ ਕੀਤੀ ਯੋਗਤਾ ਵਿੱਚ ਗ੍ਰੈਜੂਏਸ਼ਨ ਦੇ ਅੰਕਾਂ ਨੂੰ ਜੋੜਨ ਸੰਬੰਧੀ ਈਮੇਲ ਪ੍ਰਤੀ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ। ਇਸ ਲਈ ਵਿਭਾਗ ਵੱਲੋਂ ਕੇਵਲ ਗ੍ਰੈਜੂਏਸ਼ਨ ਪਾਸ ਸਬੰਧੀ ਯੋਗਤਾ ਅਪਡੇਟ ਕਰਨ ਅਤੇ ਸਬੰਧਤ ਸਰਟੀਫਿਕੇਟ ਦੀ ਸਕੈਨ ਕਾਪੀ ਅਪਲੋਡ ਕਰਨ ਲਈ ਮਿਤੀ 13 11 2021 ਸ਼ਾਮ 5 ਵਜੇ ਤੱਕ ਉਮੀਦਵਾਰ ਨੂੰ ਸਮਾਂ ਦਿੱਤਾ ਜਾਂਦਾ ਹੈ। ਅੱਗੇ ਲਿਖਿਆ ਜੀ ਉਮੀਦਵਾਰ ਆਪਣੇ ਲੌਗਇਨ ਆਈਡੀ ਵਿੱਚ ਲੌਗਇਨ ਕਰਕੇ ਉਪਰੋਕਤ ਮਿਤੀ ਤੱਕ ਗ੍ਰੈਜੂਏਸ਼ਨ ਪਾਸ ਹੋਣ ਸਬੰਧੀ ਯੋਗਤਾ ਅਪਡੇਟ ਕਰਕੇ ਸਬੰਧਤ ਸਰਟੀਫਿਕੇਟ ਦੀ ਕਾਪੀ ਸਕੈਨ ਕਰਦੇ ਹੋਏ ਅਪਲੋਡ ਕਰਨਾ ਯਕੀਨੀ ਬਣਾਉਣਗੇ। ਅਤੇ ਇਸ ਉਪਰੰਤ لازਮੀ ਤੌਰ ਤੇ ਫਾਰਮ ਅਪਰੂਵ ਕਰਕੇ ਲੌਗ ਕਰਨਗੇ ਇਹ ਇਹ ਸੂਚਨਾ ਕੇਵਲ ਇਸ ਪਬਲਿਕ ਨੋਟਿਸ ਰਾਹੀਂ ਦਿੱਤੀ ਜਾ ਰਹੀ ਹੈ ਅਤੇ ਇਹ ਸਮਾਂ ਸੀਮਾ ਖਤਮ ਹੋਣ ਉਪਰੰਤ ਕਿਸੇ ਵੀ ਇਸ ਸੰਬੰਧੀ ਪ੍ਰਤੀ ਬੇਨਤੀ ਵਿਚਾਰੀ ਨਹੀਂ ਜਾਵੇਗੀ ਇਸ ਵਿੱਚ ਇਹ ਗੱਲ ਕੀਤੀ ਗਈ ਹੈ ਜਿੰਨਾ ਉਮੀਦਵਾਰਾਂ ਨੇ 8TT 635 ਅਤੇ 22 ਜੇਲ੍ਹ ਵਿਭਾਗ ਦੀਆਂ ਜਿਹੜੀਆਂ ਪੋਸਟ ਆਈਆਂ ਸੀ ਉਸ ਦਾ ਪੇਪਰ ਦਿੱਤਾ ਹੈ ਤੇ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਆ ਤਾਂ ਉਹਨਾਂ ਦੇ ਜਿਹੜੇ ਅੰਕ ਨੇ ਉਹ ਇਸ ਵਿੱਚ ਜੋੜੇ ਜਾਣਗੇ ਜਿਹੜਾ ਤੁਹਾਡਾ ਪੇਪਰ ਹੋਇਆ ਤਾਂ ਤੁਸੀਂ ਕੀ ਕਰਨਾ ਹੈ ਜੀ ਜਿੰਨਾ ਕੈਂਡੀਡੇਟ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਉਸ ਸੰਬੰਧੀ ਜਿਹੜੇ ਫਾਰਮ ਨੇ ਆਪਣੇ ਸਰਟੀਫਿਕੇਟ ਨੇ ਲੌਗਇਨ ਆਈਡੀ ਓਪਨ ਕਰਕੇ ਉਹਦੇ ਵਿੱਚ ਸਕੈਨ ਕਰਕੇ ਅਪਲੋਡ ਕਰਨੇ ਨੇ ਜੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਸਿਰਫ ਉਹਨਾਂ ਵਾਸਤੇ ਹੀ ਆ ਜੀ ਇਹ ਤਰੀਕ ਤੁਸੀਂ ਦੇਖ ਸਕਦੇ ਹੋ 13 ਤਰੀਕ ਸ਼ਾਮ 5 ਵਜੇ ਤੱਕ ਇਹ ਕੰਮ ਹੋਏਗਾ ਇਸ ਤੋਂ ਬਾਅਦ ਕਿਸੇ ਦੀ ਵੀ ਜਿਹੜੀ ਪ੍ਰਤੀ ਬੇਨਤੀ ਆ ਉਹ ਵਿਚਾਰੀ ਨਹੀਂ ਜਾਵੇਗੀ ਤਾਂ ਹੁਣੇ ਤੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਪੋਰਟਲ ਐ ਓਪਨ ਹੋਇਆ ਕਿ ਨਹੀਂ ਹੋਇਆ ਤੇ ਉਹਦੇ ਉੱਤੇ ਜਾ ਕੇ ਤੁਸੀਂ ਜਿਹੜਾ ਆਪਣਾ ਸਕੈਨਡ ਕਾਪੀ ਐ ਅਪਲੋਡ ਕਰਦੇ ਹੋ ਜੀ ਤਾਂ ਦੋਸਤੋ ਇਹ ਸੀ ਆਪਣੀ ਲੇਟੈਸਟ ਅਪਡੇਟ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਨਾ ਤੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਕਿ ਤਾਂ ਕਿ ਕੋਈ ਆਪਣਾ ਸਾਥੀ ਰਹਿ ਨਾ ਜਾਵੇ ਇਹ ਕੰਮ ਕਰਨ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਦਿੱਤਾ ਗਿਆ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਤਾਕਿ ਤੁਹਾਨੂੰ ਸਾਡੇ ਦੁਆਰਾ ਪਾਈ ਗਈ ਕੋਈ ਵੀ ਅਪਡੇਟ ਜਿਹੜੀ ਹੈ ਸਮੇਂ ਸਿਰ ਮਿਲਦੀ ਰਹੇ